ਅਸੀਂ ਬੰਦਾ ਚੱਕਿਆ, ਤੁਹਾਨੂੰ ਇਹ ਕਹਿਣਾ ਤੁਸੀਂ ਕੌਣ ਹੁੰਦੇ ਹੋ? ਤੁਸੀਂ ਚੱਕਿਆ ਇੱਕ ਵਾਰੀ ਵੀ ਚੱਕਿਆ ਬੰਦਾ ਬੰਦੇ ਆਟੋ ਲੈ ਕੇ ਚੱਕਿਆ ਇੱਕ ਰੋਡਵੇਜ ਦੀ ਬੱਸ ਨੇ ਇੱਕ ਵਿਅਕਤੀ ਨੂੰ ਟੱਕਰ ਮਾਰੀ ਹੈ ਜਿਸ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਇਸ ਰੋਡਵੇਜ ਦੀ ਬੱਸ ਦੀ ਕਿਹਾ ਜਾ ਰਿਹਾ ਕਿ ਅਚਾਨਕ ਹੀ ਬ੍ਰੇਕ ਫੇਲ ਹੋ ਜਾਂਦੀ ਹੈ। ਡਰਾਈਵਰ ਦੇ ਵੱਲੋਂ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਡਰਾਈਵਰ ਦਾ ਇੱਥੋਂ ਤੱਕ ਕਹਿਣਾ ਕਿ ਉਸਨੇ ਬੱਸ ਨੂੰ ਰੋਕਣ ਦੇ ਲਈ ਪਹਿਲਾਂ ਆਟੋ ਦੇ ਵਿੱਚ ਟੱਕਰ ਮਾਰੀ ਪਰ ਫਿਰ ਵੀ ਬੱਸ ਦੀ ਸਪੀਡ ਘੱਟ ਨਹੀਂ ਹੋਈ, ਜਿਸ ਤੋਂ ਬਾਅਦ ਇੱਕ ਵਿਅਕਤੀ ਸੜਕ ਦੇ ਵਿਚਕਾਰ ਆ ਗਿਆ ਜਿਸਦੀ ਕਿ ਬੱਸ ਦੇ ਹੇਠਾਂ ਆਉਣ ਦੇ ਕਾਰਨ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਲੁਧਿਆਣੇ ਦੇ ਵਿੱਚ ਇਹ ਖਤਰਨਾਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਪੰਜਾਬ ਰੋਡਵੇਜ਼ ਦੀ ਬੱਸ ਦੀ ਬ੍ਰੇਕ ਅਚਾਨਕ ਫੇਲ ਹੋ ਗਈ ਹੈ। ਚੰਡੀਗੜ੍ਹ ਤੋਂ ਇਹ ਬੱਸ ਰਵਾਨਾ ਹੋਈ ਸੀ, ਜਗਰਾਓਂ ਇਸ ਨੇ ਜਾਣਾ ਸੀ ਤਾਂ ਰਸਤੇ ਦੇ ਵਿੱਚ ਜਦੋਂ ਬ੍ਰੇਕ ਫੇਲ ਹੋਈ ਤਾਂ ਡਰਾਈਵਰ ਨੇ ਸੋਚਿਆ ਕਿ ਇਸ ਨੂੰ ਲੁਧਿਆਣਾ ਡਿਪੂ ਦੇ ਵਿੱਚ ਖੜਾ ਦਿੱਤਾ ਜਾਵੇ, ਪਰ ਅਚਾਨਕ ਹੀ ਬੱਸ ਰੁਕੀ ਨਹੀਂ ਅਤੇ ਸਿੱਧਾ ਹੀ ਜਾ ਕੇ ਪਹਿਲਾਂ ਆਟੋ ਦੇ ਵਿੱਚ ਟੱਕਰ ਮਾਰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਸੜਕ ਦੇ ਵਿਚਕਾਰ ਖੜ੍ਹੇ ਇੱਕ ਵਿਅਕਤੀ ਨੂੰ ਦਰੜ ਦਿੰਦੀ ਹੈ ਜਿਸਦੀ ਕਿ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹਾਲਾਂਕਿ ਲੋਕਾਂ ਨੇ ਮੌਕੇ ਦੇ ਉੱਤੇ ਹੀ ਬੱਸ ਦੇ ਡਰਾਈਵਰ ਨੂੰ ਘੇਰਾ ਪਾ ਲਿਆ ਅਤੇ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਮੈਂ ਡਰਾਈਵਰ ਹਾਂ ਜੀ ਜਸਵੀਰ ਸਿੰਘ, ਕਿਹੜੀ ਬੱਸ? ਪਿੰਡ ਮੇਰਾ ਬਾਬਾਈਆ, ਪੰਜਾਬ ਰੋਡਵੇਜ਼ ਜਗਰਾਓਂ ਡਿਪੂ ਦਾ ਮੈਂ ਡਰਾਈਵਰ ਹਾਂ ਜੀ। ਇੱਕ ਤਾਂ ਮੇਰਾ ਵੜਗੋਆ ਚੋਰੀ ਹੋ ਗਿਆ ਜੀ, ਕੱਢ ਕੇ ਲੈ ਗਏ। ਇੱਕ ਮੇਰਾ ਸੀਗਾ ਮੋਬਾਈਲ, ਉਹ ਕੱਢ ਕੇ ਲੈ ਗਏ ਜੀ। ਹੁਣ ਦੱਸੋ ਮੈਂ ਇੰਨੀ ਭੀੜ ਦੇ ਵਿੱਚ ਕਿਹਨੂੰ ਕਹਿੰਦੇ ਵੀ ਤੂੰ ਚੋਰ ਆ? ਗੱਡੀ ਹੌਲੀ ਹੋ ਜੂਗੀ ਹੈ ਨਾ, ਗੱਡੀ ਨਹੀਂ ਹੌਲੀ ਹੋਈ। ਵੀਰ ਜਿਹੜਾ ਤੁਸੀਂ ਡੈਥ ਹੋ ਗਈ, ਸਕੂਟਰ ਤੇ ਸੀਗਾ ਉਹ, ਜਮਾ ਬਿਲਕੁਲ ਵਿਚਾਲੇ ਖੜਾ। ਹੁਣ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਮੌਤ ਹੋਈ ਆ। ਮੈਂ ਬੈਚ ਬੈਠੇ ਰੌਲਾ ਜਿੰਨਾ ਕੁ ਪੈਨਾ ਜਦੋਂ ਪਾਇਆ ਹੈ ਨਾ, ਮੈਂ ਰੌਲਾ ਪਾਇਆ ਵੀ ਵੀਰੇ ਪਾਸੇ ਪਾਸੇ, ਪਰ ਨਹੀਂ ਉਹ ਸੁਣਦਾ। ਬ੍ਰੇਕ ਮੇਰਾ ਪ੍ਰੈਸ਼ਰ ਮਿਲ ਗਿਆ ਜੀ, ਲੀਕ ਹੋ ਗਿਆ, ਪ੍ਰੈਸ਼ਰ ਲੀਕ ਹੋ ਗਿਆ ਜੀ। ਕਿੱਥੋਂ ਕਿੱਥੇ ਜਾ ਰਹੇ ਸੀ? ਚੰਡੀਗੜ੍ਹੋਂ ਆਏ ਸੀ ਜੀ, ਜਗਰਾਓਂ ਜਾਣਾ ਸੀਗਾ ਜੀ। ਹੁਣ ਲੁਧਿਆਣੇ ਲਾਉਣ ਲੱਗੇ ਸੀਗਾ ਜੀ। ਕੀ ਨਾਮ ਹੈ ਤੁਹਾਡਾ? ਸਰਬਜੀਤ ਸਿੰਘ ਜੀ। ਸਰਬਜੀਤ ਜੀ, ਕੀ ਵਾਕਿਆ ਹੋਇਆ ਵਾ? ਸਰ ਜੀ, ਇੱਥੇ ਮੁੰਡਾ ਸਕੂਟਰ ਤੇ ਆਇਆ ਸੀ ਕਿਧਰੋਂ ਦੀ ਮੋਗੇ, ਉਹਨੇ ਫਲਾਰਤਾ ਜਾਣਾ ਸੀ ਤੇ ਬੱਸ ਆਈ ਆ ਤੇਜ਼ ਸੀ ਰਫਤਾਰ ਹੁੰਦੀ। ਹੁਣ ਰੱਬ ਜਾਂਦਾ ਬੱਸ ਨੇ ਬ੍ਰੇਕ ਮਾਰੀ ਜਾਂ ਨਹੀਂ ਮਾਰੀ, ਮਗਰ ਬ੍ਰੇਕ ਤੋਂ ਮੁੰਡੇ ਨੂੰ ਬੱਸ ਉੱਤੇ ਚੜ ਗਈ ਹੁੰਦੇ ਤੇ ਕਾਫੀ ਉਹਨੂੰ ਸੱਟਾ ਸੁੱਟਾ ਵੀ ਲੱਗਿਆ, ਬਲੱਡ ਵੀ ਹੁੰਦਾ ਕਾਫੀ ਮੁੰਡੇ ਦਾ ਨਿਕਲਿਆ ਤੇ ਮੌਕੇ ਤੇ ਮੁੰਡੇ ਨੂੰ ਬਚਾਉਣ ਵਾਸਤੇ ਲੈ ਗਏ ਆ ਹਸਪਤਾਲ। ਚਲੋ ਬਾਕੀ ਉਹਦੇ ਥੋੜੇ ਬਹੁਤੇ ਸਾਹ ਹੈਗੇ ਸਨ, ਪਰਮਾਤਮਾ ਬਚਾਲੇ ਤਾਂ ਵਧੀਆ ਜੀ ਉਹਨੂੰ। ਬਾਕੀ ਚਲੋ ਇਹ ਸੀ ਕਿ ਮੁੰਡੇ ਨੂੰ ਵਜਣ ਵੇਲੇ ਜਨਤਾ ਨੇ ਆਲੇ ਦੁਆਲੇ ਸਹਾਇਤਾ ਵੀ ਬਹੁਤ ਕੀਤੀ, ਮਦਦ ਵੀ ਕੀਤੀ ਹੈ ਉਹਨੂੰ ਲੈ ਕੇ ਜਾਣ ਵਾਸਤੇ। ਹਾਂਜੀ ਸਰ ਜੀ, ਅਸੀਂ ਟੁਰਦੇ ਫਿਰਦੇ ਜੀ, ਸਰ ਜੀ ਵਿੱਚ ਮੌਕੇ ਤੇ ਦੂਜੇ ਮੁੰਡੇ ਵੀ ਆਏ ਆ, ਉਹਦਾ ਪਰਸ ਤੇ ਮੋਬਾਈਲ ਵੀ ਕੱਢ ਕੇ ਲੈ ਗਏ ਆ ਮੌਕੇ ਤੇ, ਐਕਸੀਡੈਂਟ ਹੋਇਆ ਜੀ ਉਹਦਾ, ਲੈ ਗਏ ਆ ਮੁੰਡੇ, ਜਨਤਾ ਨੇ ਫੜਿਆ ਵੀ ਹੈ ਜੀ, ਉਹਨੂੰ ਮਾਰਿਆ ਵੀ ਹੈ, ਮਗਰ ਉਹਦਾ ਮੋਬਾਈਲ ਪਰਸ ਨਹੀਂ ਮਿਲਿਆ ਮੌਕੇ ਤੇ, ਉਹ ਲੈ ਗਏ ਆ ਜੀ ਚੱਕੇ, ਪਤਾ ਨਹੀਂ ਲੱਗਿਆ ਜੀ ਉਹਦਾ ਉਹਨੇ।
ਬੱਸ ਵੀ ਅਮਰੀਕਾ ਫੇਲ ਹੋ ਗਈ ਜੀ, ਆਊਟ ਆਫ ਕੰਟਰੋਲ ਹੋ ਗਈ ਬੱਸ, ਤੇ ਬੰਦਾ ਥੱਲੇ ਆ ਗਿਆ, ਡਰਾਈਵਰ ਨੂੰ ਮੌਕੇ ਤੇ ਫੜ ਕੇ ਲੈ ਕੇ ਜਾ ਰਹੇ ਹਨ। ਕੁਛ ਲੋਕਾਂ ਦੇ ਕਹਿੰਦੇ ਵੀ ਡਰਾਈਵਰ ਦਾ ਪਰਸ ਜਾਂ ਮੋਬਾਈਲ ਵੀ ਓਹਦਾ ਸਨੈਚ ਹੋ ਗਿਆ, ਚੋਰੀ ਹੋ ਗਈ।